Kur'an vahe माया चोटी
ਇੱਕ
ਠੱਗ ਚੋਰ ਸਫਲ ਉਹ ਹੀ ਹੈ ਜਿਹੜਾ ਬਹੁਤ ਰੂਪ ਬਦਲ ਸਕੇ, ਕਿਉਂਕਿ ਉਹਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਕੋਈ ਪਛਾਣੇ ਨਾ, ਸੱਚ ਨੂੰ ਇਹ ਲੋੜ ਨਹੀਂ ਹੁੰਦੀ ਕਿ ਮੈਨੂੰ ਕੋਈ ਪਛਾਣੇ ਨਾ। ਇਹ ਗੱਲ ਵੱਖਰੀ ਹੈ, ਸੱਚ ਨੂੰ ਪਛਾਣਨ ਵਾਲੇ ਲੋਕ ਬਹੁਤ ਥੋੜੇ ਹੁੰਦੇ ਹੈ, ਪਰ ਉਹ ਕਦੀ ਕੋਸ਼ਿਸ਼ ਨਹੀਂ ਕਰਦਾ, ਉਹ ਕਦੀ ਇਹ ਐਸਾ ਉਪਰਾਲਾ ਨਹੀਂ ਕਰਦਾ, ਉਹਦੇ ਮਨ ਦੀ ਇੱਛਾ ਨਹੀਂ ਹੁੰਦੀ ਕਿ ਮੈਨੂੰ ਲੋਕ ਪਛਾਣਨ ਨਾ। ਉਹ ਤਾਂ ਉਡੀਕਦਾ ਕੋਈ ਮੈਨੂੰ ਪਛਾਣੇ, ਲੋਕ ਉਸਨੂੰ ਪਛਾਣਦੇ ਨਹੀਂ। ਪਰ ਚੋਰ ਡਾਕੂ ਠੱਗ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਲੋਕ ਪਛਾਣਨ ਨਾ। ਪਿਛਲੇ ਹਫ਼ਤੇ ਵੀ ਇਹ ਮਸਲਾ ਆਇਆ ਸੀ ਕਿ ਚੋਰ ਕਦੀ ਆਪਣੇ ਦਰਵਾਜ਼ੇ 'ਤੇ ਆਪਣੀ ਨੇਮ ਪਲੇਟ ਨਹੀਂ ਲਗਾਉਂਦਾ। ਬਲਕਿ ਮੁਹੱਲੇ ਵਿੱਚ ਜਦੋਂ ਪਤਾ ਲੱਗ ਜਾਏ ਇਹ ਚੋਰ, ਉਹ ਮੁਹੱਲਾ ਛੱਡ ਜਾਂਦਾ ਹੈ। ਕਿਉਂ? ਕਿਉਂਕਿ ਉਹਦੇ ਮਨ ਦੀ ਇੱਕ ਇੱਛਾ ਹੁੰਦੀ ਹੈ, ਉਹਦੀ ਖਾਹਿਸ਼ ਹੈ ਮੈਨੂੰ ਕੋਈ ਪਛਾਣੇ ਨਾ। ਔਰ ਨਾ ਪਛਾਣਨਾ ਔਰ ਪਛਾਣ ਤੋਂ ਬਚਣ ਦਾ ਉਹਦੇ ਕੋਲ ਇੱਕ ਬੜਵੱਡਾ ਸਾਧਨ ਹੁੰਦਾ ਹੈ, ਉਹ ਇਹ ਕਿ ਆਪਣਾ ਭੇਸ ਬਦਲਦੇ ਰਹਿਣਾ। ਗੁਰੂ ਨੇ ਬਾਣੀ ਵਿੱਚ ਐਸੇ ਸੰਤ ਨੂੰ ਵੀ ਠੱਗ ਆਖ ਦਿੱਤਾ। ਕਹਿਣ ਲੱਗੇ ਜਿਹੜਾ ਭੇਖ ਬਣਾਉਂਦਾ ਹੈ, ਉਹ ਸੰਤ ਨੇ ਸੰਤ ਦੇ ਭੇਖ ਵਿੱਚ ਠੱਗ ਹੈ। ਸਤਿਗੁਰੂ ਨੇ ਬਾਣੀ ਚਾ ਦਿੱਤਾ, ਕਹਿਣ ਲੱਗੇ ਲੋਟੇ ਹੱਥ ਨੇ ਬਾਗ ਗਲੀ ਜਿਨ੍ਹਾਂ ਜਪ ਮਾਰੀਆਂ, ਜਿਨ੍ਹਾਂ ਦੀ ਗੱਲ ਵਿੱਚ ਜਪਣ ਕਰਨ ਵਾਲੀਆਂ ਮਾਰਾਂ ਹੋਣ, ਤੇ ਸਾਬਤ ਕਰਦਾ ਹੋਵੇ ਕਿ ਇਹ ਖੌਰੇ ਨਾਮ ਜਪਣ ਵਾਲਾ, ਤਾਂ ਹੀ ਉਹ ਹਰ ਵਕਤ ਮਾਰਾਂ ਕੋਲ ਰੱਖਦਾ। ਗਲੀ ਜਿਨ੍ਹਾਂ ਜਪ ਮਾਰੀਆਂ ਲੋਟੇ ਹੱਥ ਨੇ ਪੱਗ, ਬੜਾ ਚਮਕਾ ਕੇ ਲੋਟਾ ਗੜਵਾ ਹੱਥ ਵਿੱਚ ਫੜਦਾ, ਜਿਹੜੇ ਆਮ ਸਾਧਾ ਸੰਤਾਂ ਦੇ ਹੱਥ ਹੁੰਦੇ। ਕਹਿਣ ਲੱਗੇ ਗਲੀ ਜਿਨ੍ਹਾਂ ਜਪ ਮਾਰੀਆਂ ਲੋਟੇ ਹੱਥ ਨੇ ਪੱਗ, ਅਗਲੀ ਲਾਈਨ ਵਿੱਚ ਕਹਿਣ ਲੱਗੇ ਉਹ ਹਰ ਕੇ ਸੰਤ ਨਾ ਆਖੀਏ, ਉਹਨਾਂ ਨੂੰ ਸੰਤ ਨਾ ਸਮਝ ਲਿਓ। ਭੇਖ ਬਣਾਇਆ ਕਿ ਜਿਹੜਾ ਭੇਖ ਬਣਾ ਸਕਦਾ ਹੈ ਉਹ ਆਪਣੀ ਠੱਗੀ ਨੂੰ ਛੁਪਾ ਸਕਦਾ ਹੈ। ਇਸ ਲਈ ਚੋਰ ਨੂੰ ਠੱਗ ਨੂੰ ਲੋੜ ਹੁੰਦੀ ਹੈ ਭੇਖ ਬਣਾਉਣ ਦੇ ਤਜਰਬੇ ਦੀ।
ਬਹੁਤ ਸਾਰੇ ਤਜਰਬੇ ਕਰਦਾ ਤੇ ਮਾਇਆ ਨੂੰ ਵੀ ਚੋਰਟੀ ਆਖਿਆ ਗਿਆ। ਮੈਂ ਇਸ ਪਾਸੇ ਠੱਗ ਆਖਿਆ ਗਿਆ, ਠੱਗ ਹੈ। ਇਸੇ ਲਈ ਇਹ ਵੀ ਉਹਦੇ ਵੀ ਰੰਗ ਵੱਖਰੇ ਵੱਖਰੇ ਨੇ, ਇੱਕ ਰੰਗ ਵਿੱਚ ਨੇ। ਬਣਾਉਣ ਵਾਲੇ ਨੇ ਵੀ ਇਹਨੂੰ ਵੱਖ ਵੱਖ ਰੰਗਾਂ ਵਿੱਚ ਹੀ ਬਣਾ ਦਿੱਤਾ। ਗੁਰੂ ਕਹਿੰਦੇ ਨੇ ਰੰਗੀ ਭਾਤੀ ਘਰ ਘਰ ਜਿਨ ਸੀ ਮਾਇਆ ਜਿਨ ਉਪਾਈ। ਬਹੁ ਰੰਗ ਮਾਇਆ, ਬਹੁ ਰੰਗ ਮਾਇਆ ਗੋਬਿੰਦ ਪੇਖੀ। ਕਹਿਣ ਲੱਗੇ ਮੈਂ ਮਾਇਆ ਦੇ ਰੰਗ ਬਹੁਤ ਵੱਖਰੇ ਵੱਖਰੇ ਵੇਖੇ ਨੇ, ਇਹ ਇੱਕ ਰੰਗ ਵਿੱਚ ਨਹੀਂ ਹੁੰਦੀ। ਤੇ ਇਹ ਸਾਰੇ ਰੰਗ ਬਦਲਦੇ, ਭੇਖ ਬਦਲਦੇ ਕਿਉਂ ਹੈ? ਕਿਉਂਕਿ ਸੋਚਦੀ ਹੈ ਮੈਨੂੰ ਕੋਈ ਪਛਾਣੇ ਨਾ, ਪਛਾਣੇ ਨਾ, ਇਸ ਲਈ ਬਦਲਦੀ ਹੈ, ਚੋਰਦੀ ਹੈ। ਹੁਣ ਮੈਂ ਜ਼ਰਾ ਪਿੱਛੇ ਤੁਰਨਾ ਚਾਹੁੰਦਾ, ਕਿਉਂਕਿ ਇਹਨਾਂ ਦੋ ਹਫ਼ਤਿਆਂ ਵਿੱਚ ਇੱਕ ਲਫ਼ਜ਼ ਬੜਾ ਸਾਂਝਾ ਆਇਆ। ਪਹਿਲੇ ਵੀ ਹੈ ਕਬੀਰ ਮਾਇਆ ਡੋਲਣੀ, ਤੇ ਉਹਦੇ ਨਾਲ ਇੱਕ ਲਫ਼ਜ਼ ਸਨ ਪਵਨ ਝਕੋਲਣ ਹਾਰ, ਕਿਉਂਕਿ ਸਰੀਰ ਦਿਸਦਾ ਜੋ ਸਰੂਪ ਹੈ, ਸੰਸਾਰ ਦਾ ਜਿੰਨਾ ਵੀ ਦਿਸਦਾ ਸਰੂਪ ਹੈ ਉਹ ਮਾਇਆ ਦੀ ਉਪਜ ਹੈ। ਤੇ ਇਹ ਸਰੀਰ ਵੀ ਤੁਕਾਈ ਸੀ, ਇਹ ਸਰੀਰ ਮਾਇਆ ਕਾ ਪੁਤਲਾ, ਸਰੀਰ ਕਿਉਂਕਿ ਦਿਸਦਾ, ਪਰ ਸਰੀਰ ਬਿਨਾ ਰਿੜਕਾ ਵੀ ਨਹੀਂ, ਸਰੀਰ ਬਿਨਾ ਰਿੜਕਾ ਨਹੀਂ। ਸਰੀਰ ਜਿਹੜਾ ਮਾਇਆ ਦਾ ਪੁਤਲਾ ਹੈ, ਉਹਦੇ ਵਿੱਚ ਕਰਮ ਜਿਹੜੇ ਨੇ ਉਹ ਇੱਕ ਰੇੜਕਾ ਪਾਉਣ ਲਈ ਸਾਧਨ ਇਕੱਠੇ ਕਰ ਦਿੱਤੇ ਗਏ ਨੇ, ਦਹੀਂ ਦਾ ਰੂਪ ਹੈ। ਤੇ ਰਾਤ ਪਿਛਲੀ ਬਦਲੋ ਬਜਾਇ ਸਨ, ਰੇੜਕਾ ਕੀ ਹੁੰਦਾ ਹੈ? ਉਹ ਦਹੀਂ ਵਿੱਚੋਂ ਮੱਖਣ ਤੇ ਲੱਸੀ ਵੱਖ ਵੱਖ ਕਰਦਾ ਹੈ, ਰੇੜਕਾ ਨਾ ਹੋਵੇ। ਦਹੀਂ ਤਾਂ ਚਾਟੀ ਵਿੱਚ ਡੋਲਣੀ ਵਿੱਚ, ਕਿਉਂਕਿ ਡੋਲਣੀ ਲਫ਼ਜ਼ ਡੋਲ ਤੋਂ ਵੀ ਬਣਿਆ ਬਰਤਨ। ਆਪਾਂ ਖੂਹਾਂ 'ਤੇ ਡੋਲ ਹੁੰਦੇ ਸਨ, ਉਹਨੂੰ ਡੋਲ ਕਹਿੰਦੇ ਸਨ, ਜਿਹੜੇ ਹੱਥ ਵਿੱਚ ਫੜੀ ਰੱਖਦੇ ਸਨ ਸਾਧੂ ਨੂੰ ਡੋਲਣੀ ਕਹਿੰਦੇ ਸਨ। ਤਾਂ ਇਸ ਸਰੀਰ ਨੂੰ ਡੋਲਣੀ ਆਖਿਆ, ਇੱਕ ਬਰਤਨ ਆਖਿਆ, ਇੱਕ ਚਾਟੀ ਆਖਿਆ, ਕਹਿਣ ਲੱਗੇ ਇਹਦੇ ਵਿੱਚ ਕਰਮ ਇੱਕ ਦਹੀਂ ਰੂਪ ਵਿੱਚ ਰੱਖ ਦਿੱਤੇ ਗਏ। ਤੇ ਗਿਆਨ ਜਿਹੜਾ ਹੈ ਉਹ ਝਕੋਲਣ ਵਾਲਾ ਪਵਨ ਹੈ ਗਿਆਨ, ਕਿਉਂਕਿ ਗਿਆਨ ਗੁਰੂ ਹੈ, ਇਹ ਪਵਨ ਗੁਰੂ ਹੈ। ਇਹਦੇ ਵਿੱਚ ਗਿਆਨ ਇੱਕ ਝਕੋਲਣ ਵਾਲਾ, ਇਹਨੂੰ ਰਿੜਕਣ ਵਾਲਾ ਰੱਖਤਾ। ਗਿਆਨ ਨਹੀਂ ਰਿੜਕਣਾ, ਵੱਖ ਵੱਖ ਕਰਨਾ। ਗਿਆਨ ਨਾਲ ਹੀ ਵੱਖ ਵੱਖ ਦੋ ਚੀਜ਼ਾਂ ਨੇ ਹੋਣਾ, ਗਿਆਨੇ ਕਾਰਨ ਕਰਮ ਅਭਿਆਸ, ਉਹਨੇ ਰਿੜਕਣਾ।
ਗਿਆਨ ਨੇ ਚੰਗੇ ਤੇ ਮੰਦੇ ਕਰਮ ਦੋ ਵੱਖ ਵੱਖ ਕਰਨੇ ਨੇ, ਲੱਸੀ ਤੇ ਮੱਖਣ ਵੱਖ ਵੱਖ ਕਰਨੇ। ਹੁਣ ਇਹ ਵੀ ਸਾਡੇ ਸਾਹਮਣੇ ਹੈ ਵੀ ਲੱਸੀ ਦੀ ਕੋਈ ਵੈਲਿਊ ਨਹੀਂ, ਮੱਖਣ ਦੀ ਵੈਲਿਊ ਹੈ, ਭਾਵ ਚੰਗੇ ਕਰਮਾਂ ਦੀ ਵੈਲਿਊ ਹੈ, ਮੰਦੇ ਕਰਮਾਂ ਦੀ ਕੋਈ ਵੈਲਿਊ ਨਹੀਂ। ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ, ਪਿਛਲੀ ਵਾਰ ਇਹ ਲਾਇਨ ਬਾਬਾ ਕਬੀਰ ਜੀ ਦਾ ਇਹ ਸਲੋਕ ਆਇਆ ਸੀ। ਹੁਣ ਰਿੜਕਣਾ ਹੈ ਗਿਆਨ ਨੇ, ਗਿਆਨ ਗੁਰੂ ਹੈ, ਪਵਨ ਹੈ, ਪਵਨ ਗੁਰੂ ਆਪਾਂ ਪੜ੍ਹਨੇ ਹਾਂ ਪਾਣੀ ਪਿਤਾ ਪਵਨ ਗੁਰੂ। ਹੁਣ ਐਤਕੀ ਫਿਰ ਅਗਲਾ ਹਿੱਸਾ ਲੈ ਲਿਆ ਨੇ, ਕਿਉਂਕਿ ਗੁਰੂ ਵੀ ਤਾਂ ਕਈ ਤਰ੍ਹਾਂ ਦੇ ਹੋ ਸਕਦੇ ਨੇ ਤੇ ਹਰ ਗੁਰੂ ਦਾ ਗਿਆਨ ਹੈ। ਗੁਰੂ ਨੇ ਕਹਿ ਦਿੱਤਾ ਕਾਚੇ ਗੁਰ ਤੇ ਮੁਕਤ ਨਾ ਹੋਊਆ, ਇਹ ਵੀ ਕਹਿ ਦਿੱਤਾ ਅੰਧਾ ਜੇ ਗੁਰੂ ਜੀ ਨਾ ਕੇ ਅੰਧਲੇ ਸਿੱਖ ਵੀ ਅੰਧੇ ਕਰਮ ਕਰੇ, ਗੁਰੂ ਵੀ ਅੰਧਲਾ ਹੋ ਸਕਦਾ, ਰੇੜਕਾ ਤੇ ਗੁਰੂ ਕਰੇ ਪਾਇਆ। ਸੰਸਾਰ ਅੰਦਰ ਜਿੰਨੇ ਜੀਵ ਨੇ ਜੇ ਉਹ ਗਲਤ ਜੀਵਨ ਦਾ ਰੇੜਕਾ ਪਾਈ ਬੈਠੇ ਨੇ ਤਾਂ ਉਹਦਾ ਕਾਰਨ ਵੀ ਕੋਈ ਉਹਨਾਂ ਦੀ ਅਗਵਾਈ ਕਰ ਰਿਹਾ ਗੁਰੂ ਹੈ। ਗੁਰੂ ਕੋਈ ਹੈ, ਇਸ ਲਈ ਹੁਣ ਇਸ ਅੱਜ ਦੇ ਸਲੋਕ ਵਿੱਚ ਬਾਬਾ ਕਬੀਰ ਜੀ ਨੇ ਉਸੇ ਹੀ ਲਫ਼ਜ਼ ਨੂੰ ਤੇ ਉਸੇ ਹੀ ਆਕਾਰ ਨੂੰ ਥੋੜ੍ਹਾ ਜਿਹਾ ਬਦਲਿਆ ਤੇ ਸਪਸ਼ਟ ਕੀਤਾ। ਪਿਛਲੀ ਵਾਰ ਸੀ ਹੋਰ ਚੀਜ਼ ਐਡ ਕਰ ਦਿੱਤੀ, ਉਹ ਕੀ ਸੀ? ਹਿਵ ਦਾ ਅਰਥ ਸਮਝ ਲਈਏ, ਹਿਵ ਦਾ ਅਰਥ ਹੁੰਦਾ ਠੰਡਾ, ਆਈਸ, ਬਰਫ। ਹਿਮਲ ਫਜ਼ ਵੀ ਇਸੇ ਤੋਂ ਬਣਿਆ, ਹਿਵ ਤੋਂ, ਤੇ ਹਿਮਾਲਿਆ ਲਫ਼ਜ਼ ਵੀ ਇਸੇ ਤੋਂ ਬਣਿਆ, ਹਿਮਾਲਿਆ ਬਰਫ ਦਾ ਘਰ। ਹਿਵ ਲਫ਼ਜ਼ ਵੀ ਇਸੇ ਤੋਂ ਬਣਿਆ, ਇਸੇ ਲਈ ਗੁਰੂ ਨੂੰ ਠੰਡਕ ਦਾ ਖਜ਼ਾਨਾ ਆਖਿਆ ਗਿਆ। ਕਿਉਂ? ਕਿਉਂਕਿ ਗੁਰੂ ਕੋਲ ਹੈ ਨਾਮ ਤੇ ਨਾਮ ਠੰਡਾ। ਅਸੀਂ ਰੋਜ਼ ਪੜ੍ਹ ਰਹੇ ਹਾਂ ਕਲ ਤਾਤੀ
ਚੰਦਨ ਚੰਦ ਨਾ ਸਰਦ ਰੁੱਤ, ਲੋਕ ਚੰਦਨ ਨੂੰ ਵੀ ਠੰਡਾ ਆਖਦੇ ਨੇ, ਚੰਦਰਮਾ ਦੀਆਂ ਰਿਸ਼ਮਾਂ ਨੂੰ ਵੀ ਠੰਡਾ ਆਖਦੇ ਨੇ ਤੇ ਸਰਦੀ ਦੀ ਰੁੱਤ ਨੂੰ ਵੀ ਠੰਡਾ ਆਖਦੇ ਨੇ। ਜੇ ਭਲਾ ਇਹ ਤਿੰਨੋਂ ਚੀਜ਼ਾਂ ਇਕੱਠੀਆਂ ਹੋ ਜਾਣ, ਇੰਨੀ ਸ਼ੀਤਲਤਾ ਇੰਨੀ ਠੰਡਕ ਇਕੱਠੀ ਹੋ ਜਾਏ ਤਾਂ ਕਾਮ ਤਪਤ ਬੁੱਝ ਜਾਏਗੀ। ਗੁਰਬਾਣੀ ਦਾ ਕਿਹਾ ਸਪਸ਼ਟ ਖਿਆਲ ਦੇ ਦਿੱਤਾ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਇਹਨਾਂ ਤਿੰਨਾਂ ਚੀਜ਼ਾਂ ਨੇ ਮਿਲ ਕੇ ਕੋਸ਼ਿਸ਼ ਕੀਤੀ ਪਰ ਘਾਮ ਤਪਤ ਨਾ ਮਿਟ ਸਕੀ। ਤੇ ਕਿਵੇਂ ਮਿਟੀ, ਕਿਵੇਂ ਮਿਟੇ, ਅਗਲੀ ਲਾਈਨ ਦੇ ਜਵਾਬ ਸੀ ਠੰਡਾ ਹੋ ਸਕਣਾ। ਇਹ ਤੈਨੂੰ ਚੰਦਨ ਤੇ ਚੰਦਰਮਾ ਸਰਦੀ ਰੀਤੀ ਰੁੱਤ ਤੇਰੀ ਤਪਤ ਕਾਮ ਨਾ ਮਿਟਾ ਸਕੇ ਤਾਂ ਤੂੰ ਤਪਤ ਮਿਟਾਉਣ ਲਈ ਨਾਮ ਦਾ ਸਹਾਰਾ ਲਵੇਂ। ਨਾਮ ਠੰਡਾ ਕਰ ਸਕਦਾ ਤੈਨੂੰ ਸੀਤਲ, ਕਿਉਂਕਿ ਗੁਣ ਹੈ ਤੇ ਗੁਣਾਂ ਨਾਲ ਗੁਣ ਵਿੱਚ ਨਿਮਰਤਾ ਪਿਆਰ ਇਹ ਵੀ ਸੀਤਲਤਾ ਹੈ ਕਰ ਸਕਦਾ। ਸੀਤਲ ਕੀ ਮੈਂ ਨਾਨਕਾ ਜਪੰਦੜੋ ਹਰ ਨਾਮ। ਤੇ ਗੁਰੂ ਠੰਡਕ ਹੈ ਕਿਉਂ, ਕਿਉਂਕਿ ਉਹਦੇ ਕੋਲ ਨਾਮ ਹੈ, ਉਹਦੇ ਕੋਲ ਨਾਮ ਹੈ ਤਬਤ ਮੈਂ ਠੰਡ ਵਰਤਾਈ ਠੰਡ ਵਾਇਆ ਦੁੱਖ ਨਾਠੇ ਵਹਾਈ ਜਨਮ ਮਰਨ ਕੇ ਮਿਟੇ ਆਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸ। ਗੁਰੂ ਠੰਡਾ ਹੈ ਸੀਤਲ ਹੈ, ਬਲਕਿ ਇਸੇ ਵੀ ਇੱਕ ਲਫ਼ਜ਼ ਕਹਿ ਦਿੱਤੇ ਪਵਨ ਵਹਿਧਾਰ। ਹੁਣ ਸਪਸ਼ਟ ਕਰ ਰਹੇ ਨੇ, ਕਹਿੰਦੇ ਨੇ ਕਵੀ ਮਾਇਆ ਡੋਲਣੀ, ਮਾਇਆ ਰੂਪੀ ਹੈ ਸਰੀਰ ਜਿਹੜਾ
ਇਹਦੇ ਵਿੱਚ ਕਰਮਾਂ ਦੀ ਦ੍ਰਿੜਤਾ ਮੌਜੂਦ ਹੈ। ਉਹਦੇ ਵਿੱਚੋਂ ਵਿਕਰਮ ਤੇ ਸੁਕਰਮ ਵੱਖ ਵੱਖ ਕਰਨੇ ਨੇ, ਗੁਣ ਤੇ ਅਵਗੁਣ ਵੱਖ ਵੱਖ ਕਰਨੇ ਨੇ, ਦੋਹਾਂ ਦੀ ਪਛਾਣ ਕਰਨੀ ਹੈ। ਉਹਦੇ ਲਈ ਰਿੜਕਣ ਦੀ ਲੋੜ ਹੈ, ਪਰ ਇੱਕ ਖਿਆਲ ਕਰੀ ਕਿਸੇ ਕਾਚੇ ਗੁਰ ਤੇ ਮੁਕਤ ਨਾ ਹੋਵਾ ਵਾਲੀ ਗੱਲ। ਗੁਰੂ ਜਿਨ੍ਹਾਂ ਕੇ ਅੰਦਲੇ ਉਹ ਵਿਸ਼ਵਾਸ ਕਰ, ਤੇਰਾ ਇਹ ਰਿੜਕਾ ਕੰਪਲੀਟ ਨਹੀਂ ਹੋਵੇਗਾ। ਕਦੀ ਵੀ ਤੂੰ ਗੁਣ ਤੇ ਅਵਗੁਣ ਦੀ ਪਛਾਣ ਨਹੀਂ ਕਰ ਸਕੇਗਾ, ਕਦੀ ਵੀ ਤੂੰ ਸੱਚ ਤੇ ਝੂਠ ਨੂੰ ਵੱਖ ਵੱਖ ਕਰਕੇ ਨਹੀਂ ਪਛਾਣ ਸਕੇਗਾ। ਇਸ ਲਈ ਜਦੋਂ ਉਹ ਰਿੜਕਾ ਪਾਵੇ ਉਦੋਂ ਰਿੜਕਣ ਦਾ ਇੱਕ ਨਿਯਮ ਸਿੱਖ ਲੈ, ਰਿੜਕਣ ਦਾ ਇੱਕ ਨਿਯਮ। ਬੀਬੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਇਹਨਾਂ ਵਿੱਚੋਂ ਕਿਸੇ ਨੇ ਦੇਖਿਆ ਹੋਵੇ ਰੇੜਕਾ ਦਾ ਸਿਸਟਮ, ਕਿਉਂਕਿ ਅੱਜ ਕੱਲ੍ਹ ਦੀਆਂ ਬੱਚੀਆਂ ਪਤਾ ਹੀ ਕੋਈ ਨਾ ਨੇ ਰਿੜਕਿਆ। ਉਹ ਇਹ ਹੁੰਦਾ ਸੀ ਕਿ ਰੇੜਕਾ ਗਰਮ ਨਾ ਹੋ ਜਾਏ, ਬਜ਼ੁਰਗਾਂ ਨੂੰ ਪਤਾ ਹੋਣਾ, ਤੇਜ਼ੀ ਨਾਲ ਨਾ ਰਿੜਕੋ ਨਹੀਂ ਤਾਂ ਰੇੜਕਾ ਗਰਮ ਹੋ ਜਾਏਗਾ। ਅਤੇ ਜੇ ਦਹੀਂ ਗਰਮ ਹੋ ਜਾਏ ਅਤੇ ਮੱਖਣ ਗਰਮ ਹੋ ਜਾਏ ਅਤੇ ਮੱਖਣ ਪਿੰਗਲ ਜਾਂਦਾ ਹੈ ਨਾ, ਇਹਨੂੰ ਚੰਗੀ ਤਰ੍ਹਾਂ ਸਮਝਣਾ ਸਾਡੇ ਜੀਵਨ ਵਿੱਚੋਂ ਲੰਘੀ ਆਉਂਦੀਆਂ ਚ। ਇਸੇ ਲਈ ਤਾਂ ਮੈਂ ਕਈ ਵਾਰ ਹੈਰਾਨ ਹੁੰਦਾ ਵੀ ਬੱਚੇ ਜਿਹੜੇ ਗੁਰਬਾਣੀ ਗੁਰਮਤ ਸਾਡੀ ਬੋਲੀ ਨੂੰ ਨਹੀਂ ਸਮਝ ਰਹੇ, ਛੱਡ ਰਹੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਹਨਾਂ ਗੱਲਾਂ ਦੀ ਸਮਝ ਕਿਵੇਂ ਆਏ, ਬੜਾ ਮੁਸ਼ਕਿਲ ਬਣ ਜਾਏਗਾ। ਹੁਣ ਜਦੋਂ ਮੱਖਣ ਗਰਮ ਹੋ ਜਾਏ ਮੈਲਟ ਹੋ ਜਾਂਦਾ, ਇਹ ਸਾਰਿਆਂ ਨੂੰ ਪਤਾ, ਅਸੀਂ ਵੀ ਜਾਣ ਤੇ ਗਰਮੀ ਵਿੱਚ ਹੀ ਮੱਖਣ ਮੈਲਟ ਹੁੰਦਾ, ਤੇ ਜੇ ਰਿੜਕਾ ਗਰਮ ਹੋ ਜਾਏ ਤਾਂ ਮੱਖਣ ਮੈਲਟ ਹੋ ਜਾਏਗਾ ਵਿੱਚ, ਉਹ ਵੱਖ ਨਹੀਂ ਹੋ ਸਕੇਗਾ ਲੱਸੀ ਤੋਂ। ਇਸ ਲਈ ਰਿੜਕਾ ਗਰਮ ਨਾ ਹੋਵੇ, ਇੰਨੀ ਤੇਜ਼ੀ ਨਾਲ ਨਾ ਰਿੜਕੀ ਕਿ ਰਿੜਕਾ ਗਰਮ ਹੋ ਜਾਏ। ਉਹਦੇ 'ਚ ਦੋ ਨਿਯਮ ਹੈ, ਗੁਰੂ ਨੇ ਬਾਣੀ ਵਿੱਚ ਦੋਵਾਂ ਨਿਯਮਾਂ ਦਾ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਮੱਖਣ ਨਹੀਂ ਨਿਕਲਣਾ, ਉਹ ਤਾਂ ਮੈਲਟ ਹੋ ਕੇ ਵਿੱਚ ਹੀ ਸਮਾ ਜਾਏਗਾ। ਇਸੇ ਲਈ ਪਹਿਲਾ ਇੱਕ ਨਿਯਮ ਬਣਾ ਦਿੱਤਾ, ਸਹਿਜ ਬਿਲੋ ਬੋ ਤੇਜ਼ੀ ਨਿਕਲ। ਕਿਉਂ ਕਹਿੰਦੇ ਜਿਹਨੂੰ ਅਸੀਂ ਦੂਜੇ ਲੈਵਲ ਕਹਿੰਦੇ ਹਾਂ ਸਹਿਜ ਪਾਠ, ਅਖੰਡ ਪਾਠ ਦੇ ਤਾਂ ਨਿਯਮ ਬਣਾ ਦਿੱਤੇ, ਇੰਨੇ ਘੰਟਿਆਂ ਵਿੱਚ ਸਮਾਪਤ ਕਰਨਾ ਹੀ ਕਰਨਾ ਤੇ ਸਹਿਜ ਤਾਂ ਚਲਾ ਗਿਆ, ਸਹਿਜ ਚਲਾ ਗਿਆ ਤੇ ਨਤੀਜਾ ਹੀ ਨਿਕਲਿਆ ਮੱਖਣ ਜਿਹੜਾ ਤੱਤ ਸੀ ਉਹ ਵੀ ਨਾ ਮਿਲ ਸਕਿਆ। ਇੱਥੇ ਲਿਖਿਆ ਸਹਿਜ ਬਿਲੋ ਆਹਿਸਤਾ ਆਹਿਸਤਾ,
ਤੇ ਇਸੇ ਦਾ ਨਾਮ ਸਹਿਜ ਪਾਠ ਹੈ। ਬਣ ਪੜੋ ਸਹਿਜ ਬਲੋ ਜੈਸੇ ਤਤ ਨਾ ਜਾਏ, ਕਿਤੇ ਇਹ ਨਾ ਹੋਵੇ ਮੱਖਣ ਵਿੱਚ ਹੀ ਘੁਲ ਜਾਏ ਤੁਹਾਡੇ ਹੱਥ ਹੀ ਨਾ ਆਵੇ। ਇੱਕ ਨਿਯਮ ਕਿ ਰੇੜਕਾ ਗਰਮ ਨਹੀਂ ਹੋਣਾ ਚਾਹੀਦਾ, ਉਹਦੇ ਲਈ ਉਹ ਨਿਯਮ ਪਹਿਲਾ ਜਿਹੜਾ ਹੈ ਕਿ ਸਹਿਜ ਬਲੋ ਆਸ਼ਤਾ। ਤੇ ਦੂਜਾ ਬੀਬੀਆਂ ਨੂੰ ਇਹ ਪਤਾ ਹੈ ਜੇ ਭਲਾ ਰਿੜਕਾ ਰਿੜਕਦਿਆਂ ਕੁਛ ਸਮਾਂ ਲੱਗ ਜਾਏ ਤੇ ਮੱਖਣ ਨਾ ਵੱਖ ਹੋਵੇ ਫਿਰ ਕੀ ਕਰਦੀਆਂ ਸਨ, ਠੰਡਾ ਪਾਣੀ ਪਾਓ। ਪਤਾ ਹੋਵੇਗਾ ਠੰਡਾ ਪਾਣੀ ਪਾਓ ਉਹ, ਕਿਉਂਕਿ ਠੰਡਾ ਹੋਣਾ ਚਾਹੀਦਾ ਹੈ, ਮੱਖਣ ਤਾਂ ਹੀ ਵੱਖ ਹੋਏਗਾ ਜੇ ਠੰਡ ਹੋਵੇਗੀ। ਤੇ ਗੱਲ ਕਰਤੀ ਠੰਡਾ ਹਰਨਾਉ ਗੁਰੂ ਹੈ ਘਰ, ਗੁਰੂ ਠੰਡਾ ਗੁਰੂ ਭਵਨ ਹੈ। ਸਾਰੀਆਂ ਚੀਜ਼ਾਂ ਨੂੰ ਅਸੀਂ ਆਹੋ ਸਾਹਮਣੇ ਰੱਖ ਕੇ ਮਿਲ ਲਾਂਗੇ ਤਾਂ ਅਸੀਂ ਤਦ ਤੱਕ ਪਹੁੰਚਾ। ਗੁਰੂ ਹੈ ਘਰ ਹੈ, ਗੁਰੂ ਠੰਡਕ ਦਾ ਖਜ਼ਾਨਾ ਹੈ, ਗੁਰੂ ਹੈ ਘਰ ਹੈ ਤੇ ਗੁਰੂ ਭਵਨ ਹੈ। ਉਹ ਜਿਹੜੀ ਪਵਨ ਹੈ ਨਾ ਉਹ ਹਿਮ ਧਾਰ ਬਣੇ। ਲਓ ਆਹ ਲਫ਼ਜ਼ ਕਿਉਂ ਮੈਂ ਪਤਲੀ ਦਿਨ ਕਹਿ ਮਟਕੀ ਵਿੱਚ ਗੁਣਾਂ ਤੇ ਅਵਗੁਣਾਂ ਨੂੰ ਸੱਚ ਤੇ ਝੂਠ ਨੂੰ ਪਛਾਣਨ ਲਈ ਵੱਖ ਵੱਖ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਗੁਰੂ ਜਿਹੜਾ ਹੈ ਉਹ ਹਿਵਧਾਰ ਹੋਵੇ, ਨਾਮ ਦਾ ਖਜ਼ਾਨਾ ਹੋਵੇ। ਕਿਤੇ ਕਾਚੇ ਗੁਰ ਤੇ ਮੁਕਤ ਹੂਆ ਨਾ ਹੂਆ ਬਾਜੀ ਨਾ ਹੋਵੇ, ਗੁਰੂ ਜਿਨ੍ਹਾਂ ਕੇ ਅੰਧਲੇ ਸਿੱਖ ਵੀ ਅੰਧੇ ਕਰਨ ਕਰੇਣ ਵਾਲੇ ਨਾ ਹੋਣ। ਗੁਰੂ ਦੀ ਪਛਾਣ ਇਹ ਹੋਵੇ ਕਿ ਉਹ ਹਿਵੇ ਘਰ ਹੈ। ਦੋ ਗੱਲਾਂ ਬਹੁਤ ਜ਼ਰੂਰੀ ਨੇ ਰਿੜਕੇ ਲਈ, ਇੱਕ ਤਾਂ ਸਹਿਜ ਬਿਲੋਵੋ ਤਾਂ ਕਿ ਗਰਮ ਨਾ ਹੋਵੇ, ਰਿੜਕਾ ਗਰਮ ਹੋ ਗਿਆ ਮੱਖਣ ਮੈਲਟ ਹੋ ਕੇ ਵਿੱਚੋਂ ਨਿਕਲ ਹੀ ਨਹੀਂ ਸਕਣਾ ਪੱਕਣੇ। ਦੂਜਾ ਹੈ ਹਿਵਧਾਰ, ਜੇ ਗਰਮ ਹੋਣ ਦੀ ਸਥਿਤੀ ਵਿੱਚ ਹੋਵੇ ਤਾਂ ਠੰਡਾ ਪਾਣੀ ਪਾਓ। ਇਸ ਦੋਨੋਂ ਗੱਲਾਂ ਜਿਨ੍ਹਾਂ ਨੇ ਰਿੜਕੇ ਰਿੜਕੇ ਨੇ ਉਹਨਾਂ ਨੂੰ ਪਤਾ ਹੈ ਠੰਡਾ ਪਾਣੀ ਪਾਓ, ਕਿਉਂਕਿ ਉਹਨੂੰ ਠੰਡਕ ਦੀ ਲੋੜ ਹੈ। ਮੱਖਣ ਨੂੰ ਛਾਛ ਨਾਲੋਂ ਲੱਸੀ ਨਾਲੋਂ ਵੱਖ ਕਰਕੇ ਪ੍ਰਾਪਤ ਕਰਨ ਲਈ ਠੰਡਕ ਦੀ ਲੋੜ ਹੈ। ਇਸ ਲਈ ਹਿਮਧਾਰ ਭਾਵ ਬਰਫ਼ ਦੀ ਧਾਰ, ਠੰਡੀ ਜਿਹੜੀ ਹੈ ਠੰਡਾ ਪਾਣੀ ਬਰਫ਼ ਵਰਗਾ ਉਹਦੇ ਵਿੱਚ ਚਾਹੀਦਾ, ਅਤੇ ਉਹ ਹੈ ਠੰਡਾ ਹਰਨਾਉ ਜਿਹੜਾ ਗੁਰੂ ਕੋਲ ਹੈ। ਇਸੇ ਲਈ ਗੁਰੂ ਹਿਮਧਾਰ ਕਹਿਣ ਲੱਗੇ ਗਿਆਨ ਰੂਪੀ ਉਹ ਹਿਮਧਾਰ ਹੋਵੇ, ਜਿਹਦੇ ਕੋਲ ਨਾਮ ਦਾ ਖਜ਼ਾਨਾ ਹੋਵੇ, ਨਾਮ ਦਾ ਖਜ਼ਾਨਾ ਹੋਵੇ। ਪਵਨ ਵਹਿ ਹਿਮਧਾਰ ਜਿਹੜਾ ਇਸ ਢੰਗ ਨਾਲ ਆਪਣੇ ਤਨ ਦੇ ਜੀਵਨ ਦੇ ਕਰਮਾਂ ਨੂੰ ਰਿੜਕੇਗਾ ਉਹ ਹੀ ਖਾ ਸਕੇਗਾ ਮੱਖਣ, ਬਾਕੀ ਤਾਂ ਬਿਲੋਂਦੇ ਹੀ ਰਹਿ ਜਾਣਗੇ ਸਾਰੀ ਜ਼ਿੰਦਗੀ। ਉਹ ਇਉਂ ਹੀ ਹੈ ਜਿਵੇਂ ਪਾਣੀ ਵਿੱਚ ਮਧਾਣੀ ਪਾਈ ਹੋਈ ਹੈ, ਪਾਣੀ ਚੱਕ ਦਿੱਤਾ ਨਾ ਪੰਡਿਤ ਦਹੀਂ ਮਿਲੋਈਏ ਭਾਈ ਵਿੱਚੋਂ ਨਿਕਲੇ ਤੱਥ, ਦਹੀਂ ਮਿਲੋ ਤ
ਤਾਂ ਕਿ ਵਿੱਚੋਂ ਤੱਤ ਨਿਕਲ ਸਕੇ। ਜਲ ਮਥੀਏ ਜੇ ਪਾਣੀ ਚ ਮਧਾਣੀ ਪਾਏਗਾ ਤੇ ਭਾਵੇਂ ਘੰਟਾ ਦੋ ਘੰਟੇ ਰਿੜਕਦਾ ਰਹੋ, ਜਦੋਂ ਉਹਦੇ ਤੋਂ ਟੱਕਣ ਲਾਏਗਾ ਵੇਖੇਗਾ ਪਾਣੀ ਦਾ ਪਾਣੀ ਹੈ, ਉਹਦੇ ਚ ਮੱਖਣ ਕਿੱਥੋਂ ਆ ਜਾਣਾ। ਪੰਡਿਤ ਦਹੀਂ ਵੀ ਲੋਈਏ ਭਾਈ ਵਿੱਚੋਂ ਨਿਕਲੇ ਤੱਥ, ਜਲ ਮਥੀਏ ਜਲ ਦੇਖੀਏ ਭਾਈ ਇਹ ਜੱਗ ਇਹ ਹਵਾ। ਦੇਖ ਪਾਣੀ ਵਿੱਚ ਮਧਾਣੀ ਨਾ ਪਾ, ਰਿੜਕਦਾ ਰਿੜਕੇਗਾ ਰਿੜਕਦਾ ਹੀ ਰਹਿ ਜਾਏਗਾ, ਸਾਰੀ ਜ਼ਿੰਦਗੀ ਗੁਜ਼ਰ ਜਾਏਗੀ, ਜੀਵਨ ਗੁਜ਼ਰ ਜਾਏਗਾ ਰਿੜਕਾ ਰਿੜਕਦੇ ਆਪਾਂ ਨੂੰ ਰਿੜਕਾ ਖਤਮ ਨਹੀਂ ਹੋਣਾ। ਇਹੋ ਹੀ ਗੱਲ ਬਾਬਾ ਕਬੀਰ ਨੇ ਇੱਥੇ ਕਹਿ ਦਿੱਤੀ। ਕਹਿਣ ਲੱਗੇ ਜਿਸਨੂੰ ਬਿਲੋਣਾ ਆ ਗਿਆ ਕਿ ਸਹਿਜ ਬਿਲੋਣਾ ਹੈ ਤੇ ਠੰਡਕ ਨਾਲ ਬਿਲੋਣਾ ਹੈ, ਉਹੋ ਹੀ ਇਸ ਵਿੱਚੋਂ ਮੱਖਣ ਪ੍ਰਾਪਤ ਕਰਕੇ ਖਾ ਸਕੇਗਾ, ਬਾਕੀ ਤਾਂ ਬਿਲੋਂਦੇ ਹੀ ਰਹਿ ਜਾਣਗੇ। ਕਹਿਣ ਲੱਗੇ ਠੰਡਕ ਨਾਲ ਬਿਲੋਇਆ, ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਣ ਹਾਰ। ਬਾਕੀ ਤਾਂ ਬਿਲੋਵਣ ਹਾਰ ਤਾਂ ਜ਼ਰੂਰ ਨੇ ਪਰ ਉਹ ਬਿਲੋਂਦੇ ਹੀ ਰਹਿ ਜਾਣਗੇ, ਉਹਨਾਂ ਦਾ ਬਿਲੋਵਣਾ ਰੇੜਕਾ ਕਦੀ ਖਤਮ ਨਹੀਂ ਹੋਣਾ। ਜਿਹੜੀ ਗੱਲ ਕਦੀ ਸਿਰੇ ਨਾ ਲੱਗੇ ਨਾ ਉਹਨੂੰ ਵੀ ਲੋਕ ਇਹੀ ਆਖਦੇ ਨੇ ਕਿਉਂ ਰੇੜਕਾ ਪਾਇਆ, ਇਹ ਕਹਿੰਦੇ ਨੇ ਐਵੇਂ ਰੇੜਕਾ ਪਾਇਆ, ਸਿਰੇ ਨਹੀਂ ਲੱਗਣੀ ਪ੍ਰਾਪਤੀ ਨਹੀਂ ਹੋਈ। ਜਿਹੜੀ ਬਿਲੋਇਆ ਤਿਨ ਖਾਇਆ ਅਵਰ ਬਿਲੋਵਣ ਹਾਰ, ਬਾਕੀ ਤਾਂ ਬਿਲੋਵਣ ਹਾਰ ਹੀ ਰਹਿ ਜਾਣਗੇ। ਕਹਿਣ ਲੱਗੇ ਮਾਇਆ ਜਦੋਂ ਬੋਲਣੀ ਹੈ ਉਦੋਂ ਉਹਦੇ ਲਈ ਇਹ ਨਿਯਮ ਹੈ। ਹੁਣ ਅਗਲੇ ਪਾਸੇ ਇਹ ਆ ਗਿਆ ਕਰਦੀ ਹੈ, ਜੀਵਨ ਨੂੰ ਬਰਬਾਦ ਕਰਦੀ ਹੈ। ਗੁਰੂ ਨੇ ਬਾਣੀ ਵਿੱਚ ਆਖਿਆ ਨੋ ਘਰ ਦੇਖ ਜੋ ਕਾਮਣ ਭੁੱਲੀ, ਨੋ ਘਰ ਦੇਖ ਜੋ ਕਾਮਣ ਭੁੱਲੀ, ਮਸਤ ਅਨੂਪ ਨਾ ਪਾਈ। ਨਵੇਂ ਘਰ ਮੂਸੇ ਨੋ ਇੰਦਰੇ, ਜਿਨ੍ਹਾਂ ਵਿੱਚ ਪ੍ਰਵੇਸ਼ ਕਰ ਗਈ ਇਹ ਚੋਰਟੀ, ਉਹਨਾਂ ਦੇ ਜਿੰਨੇ ਕਰਮ ਸੁਕਰਮ ਹੋ ਸਕਦੇ ਸਨ, ਜ਼ਬਾਨ ਸੁਕਰਮ ਵੀ ਤਾਂ ਹੋ ਸਕਦੀ ਸੀ, ਸੱਚ ਬੋਲਣ ਵਾਲੇ ਵੀ ਤਾਂ ਜ਼ਬਾਨ ਹੀ ਹੈ, ਸੱਚ ਸੁਣਨ ਵਾਲੇ ਵੀ ਤਾਂ ਕੰਨ ਹੀ ਨੇ, ਸੱਚ ਦੇਖਣ ਵਾਲੀਆਂ ਵੀ ਤਾਂ ਅੱਖਾਂ ਹੀ ਨੇ। ਅੱਖਾਂ ਨਹੀਂ ਤੇ ਬਦਲਣੀਆਂ ਨੇ, ਕੰਨ ਤਾਂ ਬਦਲਣੇ ਨੇ, ਸਿਰਫ ਉਹਨਾਂ ਦੇ ਕਰਮ ਬਦਲਣੇ ਨੇ। ਤੇ ਜਦੋਂ ਉਹ ਮਾਇਆ ਇਹਨਾਂ ਤੇ ਚੋਰਟੀ ਬਣ ਕੇ ਪ੍ਰਵੇਸ਼ ਕਰੇਗੀ, ਉਹਦੇ ਵਿੱਚੋਂ ਸੁਕਰਮ
ਸਾਰੇ ਮੁਸ ਲੈਣਗੇ, ਭਾਵ ਮੋਹ ਲੈਣਗੇ, ਠੱਗੇ ਜਾਣਗੇ, ਚੋਰੀ ਹੋ ਜਾਣਗੇ। ਗੁਰੂ ਨੇ ਬਾਣੀ ਵਿੱਚ ਕਿਉਂ ਆਖਿਆ ਇਸਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੇ ਮਨਮੁਖ ਨਹੀਂ ਦੂਜਿਆ, ਚੋਟੀ ਹੈ। ਕਹਿ ਕਬੀਰ ਨਵੇਂ ਘਰ ਮੂਸੇ, ਨੌ ਦੇ ਨੌ ਘਰ ਜਿਹੜੇ ਕਰਮਾਂ ਨਾਲ ਸੰਬੰਧ ਰੱਖਦੇ ਸਨ ਉਹਨਾਂ ਸਾਰਿਆਂ 'ਤੇ ਇਹਦਾ ਦਾਵਾ, ਇਹਦਾ ਕਬਜ਼ਾ ਹੋ ਗਿਆ। ਉਹਦੇ ਵਿੱਚੋਂ ਸੁਕਰਮ ਜਿੰਨੇ ਸਨ ਇੰਨੇ ਲੁੱਟ ਲਏ। ਹੁਣ ਇੱਕ ਗੱਲ ਬਾਬਾ ਕਬੀਰ ਜੀ ਦੀ ਉਹ ਬੜੀ ਧਿਆਨ ਨਾਲ ਸਮਝਣ ਵਾਲੀ ਹੈ। ਇਸ ਸ਼ਬਦ ਵਿੱਚ ਕਹਿਣ ਲੱਗੇ ਇਹਦਾ ਕੰਮ, ਇਹਦੀ ਦੁਕਾਨਦਾਰੀ ਤਾਂ ਚੱਲਦੀ ਦੂਜਿਆਂ ਦੇ ਘਰ ਲੁੱਟ ਕੇ ਆ। ਕਾਹਦੀ ਮਾਇਆ? ਜੇ ਰੱਬ ਨਾਲੋਂ ਤੋੜੇ ਨਾ, ਗੁਰੂ ਨੇ ਬਾਣੀ ਵਿੱਚ ਆਖਿਆ। ਕਹਿਣ ਲੱਗੇ ਕਿ ਫਿਰ ਮਾਇਆ ਕੀ ਹੈ? ਇਹ ਮਾਇਆ ਜਿੱਤ ਹਰ ਵਿਸਰੈ, ਜਿਹਦੇ ਨਾਲ ਰੱਬ ਤੋਂ ਮਨੁੱਖ ਦੂਰ ਹੋ ਜਾਏ, ਰੱਬ ਨਾਲ ਸੰਬੰਧ ਟੁੱਟ ਜਾਣ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਕਹਿਣ ਲੱਗੇ ਮਾਇਆ ਚੋਰਟੀ ਮੁਸ ਮੁਸ ਲੋਕਾਂ ਦੇ ਘਰ ਲੁੱਟ ਲੁੱਟ ਕੇ, ਮੋਹ ਮੋਹ ਕੇ। ਮੂਸਨ ਦਾ ਮਤਲਬ ਹੁੰਦਾ ਕਿਸੇ ਦਾ ਘਰ ਲੁੱਟ ਲੈਣਾ। ਮੂਸਨ ਹਾਰ ਪੰਜ ਮਤਵਾਰੇ, ਪੰਜ ਠੱਗਣ ਵਾਲੇ ਰਾਹ ਮਾਰ ਬਟਵਾਰੇ ਜਿਹੜੇ ਸਨ ਉਹ ਸਨ ਮੂਸਨ ਹਾਰ, ਘਰ ਲੁੱਟਣ ਵਾਲੇ। ਕਹਿਣ ਲੱਗੇ ਮੁਸ ਮੁਸ ਲਾਵੇ ਹਾਟ, ਇਹਦੀ ਤਾਂ ਹੱਟੀ, ਇਹਦੀ ਦੁਕਾਨਦਾਰੀ, ਇਹਦਾ ਬਿਜ਼ਨਸ ਤਾਂ ਹੈ ਹੀ ਦੂਜਿਆਂ ਦਾ ਘਰ ਲੁੱਟਣਾ। ਕਬੀਰ ਮਾਇਆ ਚੋਰਤੀ ਮੁਸ ਮੁਸ ਲਾਵੇ ਹਾਟ, ਆਪਣੀ ਦੁਕਾਨਦਾਰੀ ਚਲਾਉਣੀ। ਅਗਲੀ ਲਾਈਨ ਪੜ੍ਹਿਓ, ਕਹਿਣ ਲੱਗੀ ਏਕ ਕਬੀਰਾ ਨਾ ਮੁਸੇ। ਕਬੀਰ ਨਹੀਂ ਲੁੱਟਿਆ ਗਿਆ ਹੈ, ਚੋਰਤੀ ਹੈ, ਘਰ ਘਰ ਲੁੱਟ ਰਹੀ ਹੈ, ਇਹਦੀ ਦੁਕਾਨਦਾਰੀ ਲੁੱਟਣਾ, ਦੂਜਿਆਂ ਦਾ ਘਰ ਬਰਬਾਦ ਕਰਨਾ, ਜੀਵਨ ਦਾ ਘਰ ਬਰਬਾਦ ਕਰਨਾ, ਰੱਬ ਨਾਲੋਂ ਤੋੜਨਾ, ਹਰ ਘਰ ਨੂੰ ਲੁੱਟਦੀ। ਪਰ ਕਹਿਣ ਲੱਗੇ ਕਬੀਰ ਨਹੀਂ ਲੁੱਟਿਆ ਗਿਆ, ਏਕ ਕਬੀਰਾ ਨਾ ਮੁਸੈ, ਉਹ ਨਹੀਂ ਲੁੱਟਿਆ ਗਿਆ। ਕਿਉਂ? ਕਿਉਂਕਿ ਉਹਨੇ ਚੋਰ ਨੂੰ ਪਛਾਣ ਲਿਆ। ਲੋ ਗੱਲ ਫਿਰ ਉੱਥੇ ਆ ਜਾਣੀ, ਕਿਉਂਕਿ ਚੋਰ ਦੀ ਕੋਸ਼ਿਸ਼ ਹੁੰਦੀ ਹੈ ਮੈਨੂੰ ਕੋਈ ਪਛਾਣੇ ਨਾ। ਠੱਗ ਦੀ, ਚੋਰ ਦੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਨਾ ਵੀ ਮੈਨੂੰ ਕੋਈ ਪਛਾਣੇ ਨਾ, ਇਸੇ ਲਈ ਰਾਤ ਦੇ ਅੰਧੇਰੇ ਵਿੱਚ ਚੋਰੀ ਕਰਦਾ ਤਾਂ ਕਿ ਘਰ ਦਾ ਮਾਲਕ ਜੇ ਜਾਗ ਪਵੇ, ਮੈਨੂੰ ਭਜਣਾ ਵੀ ਪੈ ਜਾਏ, ਦੌੜਨਾ ਵੀ ਪੈ ਜਾਏ ਤਾਂ ਮੇਰੀ ਪਛਾਣ ਤਾਂ ਨਾ ਹੋਵੇ। ਇਸ ਲਈ ਉਹਦੀ ਕੋਸ਼ਿਸ਼ ਹੈ ਮੈਨੂੰ ਪਛਾਣੇ ਨਾ।
ਕਬੀਰ ਨੇ ਪਛਾਣ ਲਿਆ। ਜਦੋਂ ਕਬੀਰ ਨੇ ਪਛਾਣ ਲਿਆ ਹੈ ਕਿ ਚੋਰ ਹੈ ਤੇ ਚੋਰ ਮੇਰਾ ਦੁਸ਼ਮਣ ਹੈ, ਘਰ ਮੁੱਕ ਰਿਹਾ, ਘਰ ਲੁੱਟ ਰਿਹਾ, ਤੇ ਚੋਰ ਦਾ ਕੋਈ ਲਿਹਾਜ਼ ਕਰਦਾ ਜੇ ਬੇਵੱਸ ਹੋ ਜਾਏ ਵੱਖਰੀ ਗੱਲ ਹੈ, ਘਰ ਚੋਰੀ ਕਰਨ ਆਇਆ ਹੋਵੇ ਚੋਰ ਦਾ ਕੋਈ ਲਿਹਾਜ਼ ਨਹੀਂ ਕਰਦਾ, ਉਹਦੀ ਕਮਜ਼ੋਰੀ ਤਾਂ ਹੋ ਸਕਦੀ ਹੈ ਵੀ ਘਰੋਂ ਚੋਰ ਚੋਰ ਕਰਕੇ ਲੈ ਜਾਏ ਜਾਂ ਭੱਜ ਜਾਏ, ਲੇਕਿਨ ਵਾਹ ਲੱਗਦੇ ਘਰ ਦਾ ਮਾਲਕ ਕਦੀ ਚੋਰ ਦਾ ਲਿਹਾਜ਼ ਨਹੀਂ ਕਰਦਾ, ਲਿਹਾਜ਼ ਨਹੀਂ ਕਰਦਾ। ਹੁਣ ਇੱਕ ਹੋਰ ਸ਼ਬਦ ਹੈ ਉਹਦੇ ਚ ਇੱਕ ਲਫ਼ਜ਼ ਨੇ, ਕਹਿਣ ਲੱਗੇ ਜਦੋਂ ਮੈਂ ਪਛਾਣ ਲਿਆ ਵੀ ਮੇਰਾ ਦੁਸ਼ਮਣ ਇਹ ਚੋਰਟੀ ਮਾਇਆ ਮੇਰੇ ਘਰ ਆ ਗਈ, ਕਹਿਣ ਲੱਗੇ ਮੈਂ ਫੜ ਕੇ ਨੱਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ ਟੁਕੜੇ ਟੁਕੜੇ ਕਰ ਦਿੱਤੇ, 12 ਟੁਕੜੇ ਕਰ ਦਿੱਤੇ। ਬਾਬਾ ਕਬੀਰ ਨੇ ਇੱਥੇ ਵੀ ਆਖਿਆ ਕਹਿ ਕਬੀਰ ਸੰਤਨ ਕੀ ਮਹਿਰ ਹੈ, ਮੇਰੀ ਦੁਸ਼ਮਣ ਮੇਰਾ ਘਰ ਬਰਬਾਦ ਕਰਨ ਆਈ ਤੇ ਮੈਂ ਇਹਦਾ ਲਿਹਾਜ਼ ਕਰਾਂ। ਬਾਬਾ ਕਬੀਰ ਜੀ ਦੇ ਲਫ਼ਜ਼ ਕਹਿਣ ਲੱਗੇ ਨੱਕੋਂ ਕਾਟੀ ਕੰਨੋਂ ਕਾਟੀ ਕਹਿਟ ਕੁੱਟ ਕੇ ਡਾਰੀ ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਤਿੰਨੇ ਲੋਕ ਸੰਸਾਰ ਦੇ ਜਿਹੜੇ ਨੇ ਭਾਵੇਂ ਇਸ ਨੂੰ ਅਰਦਾਸਾਂ ਕਰਦੇ ਹੁਣ ਸਾਡੇ ਘਰ ਆ ਜਾਏ, ਅਰਦਾਸਾਂ ਕਰਦੇ ਹੁਣ ਜਦੋਂ ਆਪਾਂ ਦੀਵਾਲੀ ਦਾ ਦਿਨ ਹਿੰਦੁਸਤਾਨ ਚ ਮਨਾਉਂਦੇ ਹਾਂ ਨਾ, ਉਹਦਾ ਨਾਂ ਉਹਨਾਂ ਨੇ ਲਕਸ਼ਮੀ ਪੂਜਾ ਰੱਖਿਆ ਹੋਇਆ। ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਨਾ ਤਾਂ ਰਾਮ ਚੰਦਰ ਦਾ ਰਹਿੰਦੇ ਨੇ ਵੀ ਘਰ ਆਏ ਤੇ ਤਾਂ ਦੀਵਾਲੀ ਮਨਾਈ, ਪਰ ਪੂਜਾ ਰਾਮ ਚੰਦਰ ਦੀ ਨੀ, ਪੂਜਾ ਲਕਸ਼ਮੀ ਦੀ, ਪੂਜਾ ਲਕਸ਼ਮੀ ਦੀ। ਤੇ ਇੱਥੋਂ ਤੱਕ ਲਕਸ਼ਮੀ ਦੀ ਪੂਜਾ ਦਾ ਉਹਨਾਂ ਦੇ ਮਨ ਅੰਦਰ ਚਾਅ ਹੁੰਦਾ ਕਿ ਕਹਿੰਦੇ ਨੇ ਰਾਤ ਨੂੰ ਦਰਵਾਜ਼ੇ ਅੱਗੇ ਦੀਵਾ ਬਾਲ ਕੇ ਰੱਖਦੇ ਨੇ, ਅੰਧੇਰਾ ਨਹੀਂ ਸਾਰੀ ਰਾਤ ਜਗਣਾ ਚਾਹੀਦਾ, ਕਿਤੇ ਲਕਸ਼ਮੀ ਆ ਕੇ ਬੋਲਣਾ ਚਾਹੇ ਉਹ ਘਰ ਆਵੇ। ਹੁਣ ਚੋਰਟੀ ਘਰ ਆਵੇ ਜਿਹੜੇ ਜੀਵਨ ਦੇ ਸ਼ੁਭ ਕਰਮ ਲੁੱਟ ਲੈ, ਐਸੀ ਚੋਰਟੀ ਘਰ ਆਵੇ ਉਹੋ ਹੀ ਆਖੇ ਨਾ ਜਿਹੜਾ ਚੋਰਟੀ ਨੂੰ ਨਾ ਪਛਾਣੇ। ਕਬੀਰ ਕਹਿੰਦਾ ਮੈਨੂੰ ਉਹਦੇ ਘਰ ਲਿਆਉਣ ਦਾ ਸ਼ੌਕ ਨਹੀਂ, ਬਲਕਿ ਨਾਕੋਂ ਕਾਟੀ ਜੇ ਆ ਵੀ ਜਾਏ ਸੰਤਨ ਭਗਤ ਜਣਾਂ ਨੂੰ ਪਤਾ ਹੈ ਕਿ ਇਹ ਸਾਡੀ ਬੈਰਨ ਹੈ, ਇਹਨੇ ਸ਼ੁਭ ਕਰਮ ਖੋ ਲੈਣੇ। ਕਹਿਣ ਲੱਗੇ ਨਾਕੋਂ ਕਾਟੀ ਕੰਨੋਂ ਕਾਟੀ ਕਾਟ ਕੂਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਤੇ ਇੱਥੇ ਵੀ ਬਾਬਾ ਕਬੀਰ ਜੀ ਨੇ ਇਹੀ ਗੱਲ ਕਹਿ ਦਿੱਤੀ, ਕਹਿਣ ਲੱਗੇ ਮੈਂ ਕਬੀਰ ਨਹੀਂ ਲੁੱਟਿਆ ਗਿਆ, ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਲੋਕਾਂ ਦੇ ਘਰ ਲੁੱਟ ਲੁੱਟ ਕੇ ਉਹਦੀ ਦੁਕਾਨ ਚੱਲਦੀ ਹੈ, ਪਰ ਇੱਕ ਕਬੀਰਾ ਨਾਮੁਸ ਹੈ, ਕਬੀਰ ਨਹੀਂ ਲੁੱਟਿਆ ਗਿਆ। ਕਿਉਂ? ਕਿਉਂਕਿ ਮੈਂ ਇਹਨੂੰ ਪਛਾਣ ਲਿਆ, ਮੈਂ ਇਹਦੇ ਟੁਕੜੇ ਟੁਕੜੇ ਕਰ ਦਿੱਤੇ। ਕਹਿਣ ਲੱਗੇ ਇੱਕ ਕਬੀਰਾ ਨਾਮ ਹੁਸੈਨ
ਵਾਸਤੇ ਪਵਨ ਵਹਿ ਉਧਾਰ ਦੀ ਲੋੜ ਹੈ, ਜਿਹੜਾ ਜਿਹਨੂੰ ਸਹਿਜ ਬਲੋਵੇ ਦੀ ਜ਼ਰੂਰਤ ਹੈ, ਮਾਇਆ ਚੋਟੀ ਹੈ ਉਹਨੂੰ ਪਛਾਣ ਕੇ ਟੁਕੜੇ ਕਰ ਦੇਣਾ, ਕਮਜ਼ੋਰ ਕਰ ਦੇਣਾ, ਉਹਦੀ ਸ਼ਰਮ ਸ਼ਕਤੀ ਰਹਿਤ ਕਰ ਦੇਣ ਦੀ ਲੋੜ ਹੈ। ਸੋ ਦੋਨੋਂ ਗੱਲਾਂ ਦੋ ਸਲੋਕਾਂ ਵਿੱਚ ਸਪਸ਼ਟ ਕੀਤੀਆਂ ਨੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।